हाँ मत आया बहुत मजेदार ही का झूठे भी लै रहा मैं तेरी बड़ी कमी महसूस होती है। शैतानी काम कोई भी हो तेरी कमी जरूर महसूस होती है। दो ही बंदे ने शैतान दुनिया के, एक हमद ते एक होर है वो मैं अगली वीडियो दसागा कौन। अस्सलाम वालेकुम, वेलकम मेरा अदर व्लॉग। की हाल चाल है सारे का, ठीक ठाक हो? व्यू चेक करो पीछे माशाल्लाह। जद्दे तो तकरीबन कोई 150-200 किलोमीटर बाहर आज निकले हैं। बड़ा जबरदस्त व्यू ही मैं चलो दोस्तों शेयर करने। हाँ मद आया जल्दी जल्दी। वापसी चले हूँ सुबह दे आए थे हाँ, दिल किया मैं थोड़ी देर बह के इतने थोड़ी रेस्ट की जाए ना। हवा बड़ी ठंडी चल रही थी क्योंकि थोड़ा जहा जड़ा ना उच्चा इलाका है वाला, तो बड़ा खूबसूरत मंजर है माशाला। सुबह नाश्ता करके निकले हाँ, तो भुख लग गई तकरीबन 12:30 का टाइम हो गया। तो जा मतलब कि तू आया ही इतने पता नहीं उन्हें रोटी कितू खाधी कितू नहीं खाधी, लेकिन मैं जाके तो जद्दी रोटी खावगा तू बिल्कुल नहीं खानी बस। तो थोड़ी देर बवोंगे बह के थोड़ी गपशप, दोस्त भी नाल ने उन्होंने गपशप लाने बीबी भाई नाले, तो बाद फिर जरा ना वापसी जल्दी नहीं निकला। तो रस्ते च मंजर बहावे बड़े बड़े खूबसूरत थोड़ी गर्मी नहीं थी फील हो रही है जल्दी जल्दी चल रोड क्रॉस कर। दिमी भाई गड्डी च बह के गड्डी चला दी, बहुत जबरदस्त ड्राइवर है। रोड भी थोड़ा जहा जरा इधर खतरनाक ही सन, लेकिन बहुत मजा आया जी ड्राइविंग का। कैसी है ने ड्राइवर? बहुत खतरनाक आ गए सऊदी अरब तो ही नहीं देर होगी थोड़ा गड्डी चलाते, पहला ट्राला भी चलाते रहे दिमी भाई, मतलब हैवी ड्राइवर ने। तो अगे कोई एडा खतरनाक रोड देखा तुम? डेंजरस रोड पूरा वहावांगे ठीक है।
ਲੇਕਿਨ ਦੱਸਣਾ ਨਹੀਂ ਅਸੀਂ ਆ ਕਿਹੜੀ ਜਗ੍ਹਾ ਹੈ, ਕੀ ਹਾਲ ਹੈ। ਇਹ ਤੁਸੀਂ ਜਿਹੜੇ ਦੋਸਤ ਇੱਥੇ ਆਏ ਦੇ ਨੇ ਉਹਨਾਂ ਨੇ, ਜਾਂ ਜਿਹੜੇ ਨਹੀਂ ਆਏ ਦੇ ਉਹ ਤਾਂ ਚਲੋ ਪੁੱਛ ਸਕਦੇ ਨੇ ਕਮੈਂਟ 'ਚ, ਦੱਸ ਦਾਂਗੇ ਬਾਅਦ 'ਚ। ਜਿਹੜੇ ਆਏ ਦੇ ਨੇ ਉਹਨਾਂ ਨੇ ਗੈਸ ਕਰਕੇ, ਜਿਹੜੇ ਸਾਊਦੀ ਅਰਬ 'ਚ ਰਹਿੰਦੇ ਨੇ ਗੈਸ ਕਰਕੇ ਕਮੈਂਟ 'ਚ ਦੱਸਣਾ ਕਿ ਇਹ ਕਿਹੜਾ ਰੋਡ ਹੈ ਔਰ ਕਿਹੜੇ ਸ਼ਹਿਰ ਦੇ ਨਜ਼ਦੀਕ ਅਸੀਂ ਗਏ ਦੇ। ਜਿੱਥੇ ਵੀ ਗਏ ਦੇ ਆ ਕਮੈਂਟ 'ਚ ਵੀਡੀਓ ਪੂਰੀ ਵੇਖ ਕੇ ਅਤੇ ਜ਼ਰੂਰ ਦੱਸਣਾ ਸਾਨੂੰ। ਹਾਂਜੀ ਗਾਇਜ਼, ਇਮਰਾਨ ਮਲਿਕ ਸਾਹਿਬ ਨੇ ਆਨਲਾਈਨ ਸ਼ਾਪਿੰਗ ਕੀਤੀ ਹੈ, ਸ਼ਾਪਿੰਗ ਇਹ ਕੀਤੀ ਦੀ ਹੈ ਕਿ ਇਮਰਾਨ ਸਾਹਿਬ ਨੇ ਨਾ ਐਪਲ ਵਾਚ ਦੇ ਬੈਡ ਮੰਗਵਾਏ ਦੇ ਨੇ, ਉਸ ਤੋਂ ਬਾਅਦ ਨਾਲ ਆਤਿਫ ਦਾ ਭਰਾ ਸ਼ੇਬੀ ਉਹਦੇ ਲਈ ਇੱਕ ਚੇਨ ਕਿਹਾ ਸੀ, ਤਿੰਨ ਚੇਨਾਂ ਬੁੱਕ ਕਰਾਈ ਦੀਆਂ ਨੇ, ਨਾਲ ਤਿੰਨ ਵਾਚਾਂ ਨੇ ਉਹ ਵੀ ਬੁੱਕ ਕਰਾਈ ਦੇ ਨੇ, ਇੱਕ ਮੇਰੇ ਲਈ ਕਰਾਈ ਸੀ ਅਤੇ ਇੱਕ ਆਪਣੇ ਲਈ ਅਤੇ ਇੱਕ ਆਤਿਫ ਲਈ ਸਾਨੂੰ ਗਿਫਟ ਕੀਤੇ ਨੇ ਇਮਰਾਨੇ ਨੇ। ਅਤੇ ਹੁਣ ਇਹਨੂੰ ਓਪਨ ਕਰਨੇ ਇਮਰਾਨ ਸਾਹਿਬ ਜੀ, ਬਿਸਮਿਲ੍ਲਾ। ਬੈਲਟ ਜਿਹੜੇ ਤੁਸੀਂ ਬੁੱਕ ਕੀਤੇ ਤੁਹਾਨੂੰ ਕਲਰ ਯਾਦ ਨੇ? ਨਹੀਂ ਬਾਈ, ਕੋਈ ਯਾਦ ਨਹੀਂ ਕਲਰ, ਤੋ ਕਲਰ ਲਾਈ ਖੋਲਨੇ ਨੇ ਜੀ, ਬਿਲਕੁਲ। ਚਲੋ ਫਿਰ ਬਿਸਮਿਲ੍ਲਾ ਪੜੋ। ਯਾਤਫ ਦਾ ਇੰਤਜ਼ਾਰ ਕਰ ਲਈਏ, ਹਾਂ ਬਈ ਮਾਰ ਲਓ ਗੱਲ, ਵਾਹ ਕਰ ਲਓ ਇੰਤਜ਼ਾਰ। ਬਸ ਸਾਹਿਬ ਵੱਡੇ ਭਾਈ ਨਾਰਾਜ਼ ਹੋਣਗੇ, ਵੱਡੇ ਭਾਈ। ਚਲੋ ਠੀਕ ਹੈ ਜੀ, ਯਾਤਫ ਦਾ ਇੰਤਜ਼ਾਰ ਕਰਨੇ ਆਉਂਦਾ ਤੇ ਫੇਰ ਹੀ ਓਪਨ ਕਰਨੇ ਆ। ਆਤਫ ਭਾਈ ਨੇ ਠੀਕ ਹੈ, ਇਹਨਾਂ ਨੂੰ ਬਹੁਤ ਸ਼ੌਕ ਹੈ ਆਨਲਾਈਨ ਸ਼ਾਪਿੰਗ ਕਰਨ ਦਾ। ਇਹਨਾਂ ਦੀ ਫਰਮਾਇਸ਼ ਦੇ ਉੱਤੇ ਜਿਹੜਾ ਨਾ ਮੈਂ ਇਮਰਾਨ ਨੂੰ ਜਾ ਸਿਖਾ ਰਿਹਾ ਕਿਵੇਂ ਆਨਲਾਈਨ ਸ਼ਾਪਿੰਗ ਕਰਨੀ ਹੈ, ਉਹ ਐਵੇਂ ਬਸ ਇਹਨੇ ਬਾਈ ਜਿਹੜਾ ਨਾ ਬਟਨ ਦਬਾਇਆ ਨੇ ਤੇ ਸ਼ਾਪਿੰਗ ਹੋ ਗਈ ਹੈ। ਤੇ ਮੈਨੂੰ ਨਹੀਂ ਯਕੀਨ ਕਿ ਆਏਗੀ ਸ਼ਾਪਿੰਗ ਐਡੀ ਜਲਦੀ। ਕੱਲ ਇਹਨਾਂ ਨੇ ਫੋਨ ਕੀਤਾ ਕਿ ਕਿੱਥੇ ਆ, ਮੈਂ ਕਿਹਾ ਮੈਂ ਕੰਮ ਤੇ ਆ, ਉਹਨਾਂ ਕਿਹਾ ਸਾਡਾ ਸਮਾਨ ਆ ਗਿਆ ਤਾਂ ਰਿਸੀਵ ਕਰ ਲਏ, ਤੇ ਮੈਂ ਰਿਸੀਵ ਨਹੀਂ ਕਰ ਸਕਿਆ, ਦੂਸਰੇ ਭਾਈ ਨੇ ਉਹਨਾਂ ਨੇ ਰਿਸੀਵ ਕੀਤਾ ਸੀ। ਤੇ ਆਤਿਫ ਭਾਈ ਨੇ ਜਿਹੜਾ ਨਾ ਸ਼ੇਬੀ ਵਾਸਤੇ ਤੁਹਾਨੂੰ ਅੱਗੇ ਵੀ ਦੱਸਿਆ, ਚੇਨਾਂ ਮੰਗਵਾਈ ਦੀਆਂ ਨੇ, ਨਾਲ ਇਹਨਾਂ ਦੋਵਾਂ ਨੇ ਐਪਲ ਵਾਚਾਂ ਲਈ ਦੀਆਂ ਨੇ, ਐਪਲ ਵਾਚ ਲਈ ਨੇ। ਉਸ ਤੋਂ ਬਾਅਦ ਇਮਰਾਨ ਨੇ ਜਿਹੜਾ ਨਾ ਸਾਨੂੰ ਦੋਵਾਂ ਨੂੰ ਘੜੀਆਂ ਗਿਫਟ ਕੀਤੀਆਂ ਨੇ, ਉਹ ਤਿੰਨ ਵਾਚਾਂ ਜਿਹੜੀਆਂ ਨੇ ਵਾਈਟ ਕਲਰ ਦੀਆਂ, ਉਹ ਸਰਪ੍ਰਾਈਜ਼ ਹੈ, ਨੈਕਸਟ ਵੀਡੀਓ 'ਚ ਤੁਹਾਨੂੰ ਵੀ ਵਿਖਾਵਾਂਗੇ ਜੇ ਆ ਗਈਆਂ ਤੇ ਇਨਸ਼ਾਅੱਲਾ। ਤੇ ਆਤਿਫ ਭਾਈ ਕਰੋ ਓਪਨ, ਹਾਂਜੀ। ਇਹ ਆਤਿਫ ਭਾਈ ਨੇ ਇਹਨਾਂ ਦਾ ਤਾਰਫ ਤੁਹਾਨੂੰ ਅੱਗੇ ਨਹੀਂ ਕਰਾਇਆ, ਇਮਰਾਨ ਭਾਈ ਨੇ ਚਿਹਰੇ ਬਿਲਕੁਲ ਜਿਹੜਾ ਨਾ ਨਹੀਂ ਭੁੱਲਣਾ ਰਹੇ। ਚਾਂਦੀ ਦੇ ਬਣਵਾਏ ਹੈ ਜਿਹੜੇ ਬ੍ਰੈਸਲੇਟ ਮੰਗਵਾਏ ਯਾਰ, ਵਾਚ ਕਿੱਥੇ ਇਮਰਾਨ ਕੋ ਆਇਤੇ ਲਿਆ ਨਾ ਪਾ ਕੇ ਚੈੱਕ ਕਰੀ ਜਾ, ਬਲੇ ਵਾਚ ਆਸੋ ਭਾਈ ਨੇ ਰੱਖੀ ਦੀ ਆ, ਤੂੰ ਕਿੱਥੇ ਰੱਖੀ ਦੀ ਸਾਹਮਣੇ ਦੇਖੋ, ਇੱਥੇ ਵੇਖਾ ਪਈ ਦੀ ਹੁੰਦੀ ਆ, ਸਰਾਣੇ ਥੱਲੇ, ਸਰਾਣੇ ਥੱਲੇ ਪਈ ਹੁੰਦੀ ਆ ਤੂੰ। ਹਲੋ ਤੇ ਭਾਈ, ਬਿਸਮਿਲ੍ਲਾ ਰਹਿਮਾਨ ਰਹੀਮ। ਆਫਰ ਲੱਗੀ ਦੀ ਸੀ ਇਹ ਵੀ ਨਾ ਐਕਸਟਰਾ ਦੇ ਵਿੱਚ 1400 ਤੇ 50,000 ਦੀ ਜਿਹੜੀ ਹੈ ਨਾ, ਇੱਕ ਆਤਿਫ ਨੇ ਵਾਚ ਲਈ ਹੈ ਤੇ ਇੱਕ ਇਮਰਾਨ ਨੇ ਲਈ ਐਪਲ ਵਾਚ।
क्या बात है ਇਹ ਜਿਹੜਾ ਨਾ ਬੈਡ ਮੇਰਾ ਮੈਂ ਨਾ ਕੋਈ ਪੱਟ ਮੁਸਲਮਾਨੀ ਦੇ ਦੇਖ ਰਿਹਾ ਬੱਟ ਨੂੰ ਨਹੀਂ ਆਣਾ ਜੀ ਹਾਂਜੀ ਆ ਤਾਂ ਭਾਈ ਹਾਂਜੀ ਵਾਓ ਜ਼ਬਰਦਸਤ ਆ ਜਾਈ ਮੇਰੇ ਆਈ ਇਹ ਨਿਕਲ ਜਾਂਦੀ ਨਾ ਨਾ ਵਾਲੇ ਤੂੰ ਕਿਹੜਾ ਇੱਕੋ ਕਿਹੜਾ ਯੂਜ਼ ਕਰਨਾ ਹਾਂਜੀ ठीक है इस तरह ही होना ठीक है कट नहीं थोड़ा रख के करना मैगनेट वाह जबरदस्त बेल्ट नाल वाच उस तो बाद जो समान है ठीक है सारी आज की शॉपिंग हुई है अगर दोस्तों नून की शंत बहुत जबरदस्त लगी बहुत पसंद आई है नून का बहुत अच्छी क्वालिटी है ते सारे दोस्त जो नून तू शॉपिंग करो सूप नू थोड़ा साइड ते करके नून जो नवा छिड़का आया ते यार तू शॉपिंग करो अगर वीडियो पसंद आए लाइक और सबसक्राइब करना बिलकुल नहीं भूलना घंटी का बटन भी दबाना टन टन दुआ याद रखियो नैक्सट वीडियो मिलेंगे अल्लाह हाफिज़ अल्लाह।